ਅਜੇ ਮੈਂ ਅਕਾਲ ਤਖਤ ਸਾਹਿਬ ਉਹਨਾਂ ਜਿਹੜੇ ਹੁਕਮ ਆ ਉਹਨਾਂ ਨੂੰ ਨਹੀਂ ਮੰਨਦਾ, ਉਹਨਾਂ ਦੇ ਜਿਹੜੇ ਸਿਧਾਂਤ ਆ ਉਹਨਾਂ ਨੂੰ ਮੰਨਦਾ। ਮੈਂ ਇਹਦੇ ਬਾਰੇ ਤੁਹਾਨੂੰ ਕਹਿਣਾ ਵੀ ਇਹ ਮਸਲੇ ਨੂੰ ਮੈਂ ਕਿਸੇ ਕਿਸਮ ਦਾ ਵੀ ਵਾਦ ਵਿਵਾਦ 'ਚ ਨਹੀਂ ਲਿਜਾਣਾ। ਮੈਂ ਪਹਿਲਾਂ ਹੀ ਕਹਿ ਚੁੱਕਾ ਕਿ ਮੈਂ ਤਾਂ ਅਪੀਲ ਕਰ ਰਹੀ ਹਾਂ ਸ਼੍ਰੋਮਣੀ ਕਮੇਟੀ ਦੀ ਐਗਜੈਕਟਿਵ ਕਮੇਟੀ ਕਿ ਅਮਨ ਸ਼ਾਂਤੀ ਬਣਾ ਕੇ ਰੱਖੋ। ਮੈਂ ਫਿਰ ਕੋਈ ਇਹੋ ਜਿਹੀ ਗੱਲ ਕਰਦੇ ਹਾਂ ਜਿਹੜੀ ਮੁੜ ਕੇ ਸਾਡੇ ਨਾਲ ਲੱਗ ਜਾਵੇ ਵੀ ਇਹ ਵੀ ਉਹ ਇੱਕ ਕੁਛ ਕਰਦੇ ਨੇ। ਆਹਾ ਮੈਂ ਦੂਸਰੇ ਦੋਨੋਂ ਵੈਸੇ ਦੋਨੋਂ ਟਕਸਾਲ ਨੂੰ ਵੀ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਵੀ ਬੇਨਤੀ ਕਰੂੰਗਾ ਕਿ ਉਹ ਕਿਸੇ ਕਿਸਮ ਦਾ ਵੀ ਵਾਦ ਵਿਵਾਦ ਵਾਲੇ ਬਿਆਨਾਂ ਤੋਂ ਗੁਰੇਜ਼ ਕਰਨ ਔਰ ਪੰਥ ਵਿੱਚ ਏਕਤਾ ਬਣਾਈ ਰੱਖਣ ਲਈ ਕੀਤੇ ਜਾ ਰਹੇ ਸੁਹਿਰਦ ਯਤਨਾਂ ਵਿੱਚ ਆਪਣਾ ਯੋਗਦਾਨ ਪਾ ਕੇ ਇੱਕ ਬਹੁਤ ਹੀ ਸਿਦਕ ਦਿਲੀ ਦਾ ਸਬੂਤ ਦੇ ਕੇ ਕੌਮ ਦੇ ਵਿੱਚ ਅਮਨ ਸ਼ਾਂਤੀ ਦਾ ਮਾਹੌਲ